जो देखा जाए बैंगलोर से जिन्हें असं हार्डवर्क किया अपना दो तीन महीने तो लैके साडा यही सीगा कि अं इस बार मैडल लैके आवां ते अं मैच बाय मैच जा रहे सीगे ते अपना बेस्ट कर रहे। 2024 दी ओलंपिक्स नूं किस तरीके नाल देख रहे हो? बिल्कुल साडी यही ट्राई रहेगी कि ये कलर चेंज किया जाए। पड़ोस दिन जो अं ले आ चीज़ ड्रीम सानू अं आप मैडल ले वो चीज़ साडे लई बहुत वड्डी सी। बहुत वधिया सफर आ क्योंकि जो ओलंपिक गए साडा एम यही सीगा कि अं पार्टिसिपेट नहीं करन जाना सी मैडल लैन जाना। देखो जो असं आईदा सी इत्थे ते असीं इन्हां नाल गेम भी लाई दी हुंदी ते आई थिंक साडे कई ते साडे नालों स्किल भी वधिया आ कई बच्चियां दे। ਜਦੋਂ ਸਾਨੂੰ ਮੈਡਲ ਮਿਲਿਆ ਉਸ ਤੋਂ ਬਾਅਦ ਰਾਤ ਨੂੰ ਮੈਂ ਕਾਲ ਕੀਤਾ ਅਤੇ ਅੱਖਾਂ 'ਚ ਪਾਣੀ ਆ ਗਿਆ। ਗਰਾਊਂਡ 'ਚ ਖੜ੍ਹਾ ਹੋ ਕੇ ਮੈਂ ਰੋ ਰਿਹਾ ਸੀਗਾ ਫੈਮਲੀ ਨਾਲ। ਸਾਡੇ ਨਾਲ ਮੌਜੂਦ ਨੇ ਇਸ ਵੇਲੇ ਭਾਰਤੀ ਟੀਮ ਹਾਕੀ ਤੋਂ ਉਹ ਪਲੇਅਰ ਜਿਹੜੇ ਸਭ ਤੋਂ ਸ਼ਰਾਰਤੀ ਮੰਨੇ ਜਾਂਦੇ ਆ। ਸ਼ਰਾਰਤੀ ਮੰਨੇ ਜਾਂਦੇ ਭਾਈ ਮੈਂ ਨਹੀਂ ਸ਼ਰਾਰਤੀ। ਇੱਥੋਂ ਮਨਦੀਪ ਕਿੱਦਾਂ ਦਾ ਸਫ਼ਰ ਰਿਹਾ ਜੇਕਰ ਅਸੀਂ ਗੱਲ ਕਰੀਏ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ? ਬਹੁਤ ਵਧੀਆ ਸਫ਼ਰ ਰਿਹਾ ਕਿਉਂਕਿ ਜਦੋਂ ਓਲੰਪਿਕ 'ਚ ਗਏ ਸਾਡਾ ਏਮ ਇਹੀ ਸੀਗਾ ਕਿ ਅਸੀਂ ਪਾਰਟੀਸਪੇਟ ਨਹੀਂ ਕਰਨ ਜਾਣਾ ਸੀ ਮੈਡਲ ਲੈਣ ਜਾਣਾ ਅਤੇ ਕਿਉਂਕਿ ਜੇ ਦੇਖਿਆ ਜਾਵੇ ਬੈਂਗਲੌਰ 'ਚ ਜਿੰਨਾ ਅਸੀਂ ਹਾਰਡਵਰਕ ਕੀਤਾ ਆਪਣਾ ਦੋ ਤਿੰਨ ਮਹੀਨੇ ਤੋਂ ਲੈ ਕੇ ਸਾਡਾ ਇਹੀ ਸੀਗਾ ਕਿ ਅਸੀਂ ਇਸ ਵਾਰ ਮੈਡਲ ਲੈ ਕੇ ਆਉਣਾ ਅਤੇ ਅਸੀਂ ਮੈਚ ਬਾਏ ਮੈਚ ਜਾ ਰਹੇ ਸੀਗੇ ਅਤੇ ਆਪਣਾ ਬੈਸਟ ਕਰ ਰਹੇ ਸੀਗੇ। ਹੁਣ ਜੇ ਗੱਲ ਕਰੀਏ ਐਤਕੀ ਦਾਅਵੇਦਾਰ ਕਿਹਾ ਜਾ ਰਿਹਾ ਸੀਗਾ ਤੁਹਾਨੂੰ, ਲਗਾਤਾਰ ਗੋਲਡ ਦਾ ਦਾਅਵੇਦਾਰ ਕਿਹਾ ਜਾ ਰਿਹਾ ਸੀਗਾ। ਇੰਨੀ ਮਿਹਨਤ ਕੀਤੀ, ਬਹੁਤ ਸੋਹਣੀ ਪਰਫਾਰਮੈਂਸ ਦਿੱਤੀ, ਲਗਾਤਾਰ ਬਹੁਤ ਡੋਮੀਨੇਟ ਕੀਤਾ ਇੰਡੀਅਨ ਟੀਮ ਨੇ ਹਰ ਟੀਮ ਦੇ ਉੱਤੇ। ਬਿਲਕੁਲ ਜੀ, 2024 ਦੀ ਓਲੰਪਿਕਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਬਿਲਕੁਲ ਸਾਡੀ ਇਹ ਟਰਾਈ ਰਹੇਗੀ ਕਿ ਇਹ ਕਲਰ ਚੇਂਜ ਕੀਤਾ ਜਾਵੇ ਅਤੇ ਗੋਲਡ ਇੱਥੇ ਲੈ ਕੇ ਆਇਆ ਜਾਵੇ ਨੈਕਸਟ ਟਾਈਮ, ਇਹ ਸਾਡਾ ਪ੍ਰੋਮਿਸ ਰਹੇਗਾ। ਹੋਮ ਗਰਾਊਂਡ ਆ ਕੇ ਤੁਸੀਂ ਸਭ ਤੋਂ ਪਹਿਲਾਂ ਮੱਥਾ ਟੇਕਿਆ, ਮੱਥਾ ਟੇਕ ਕੇ ਨਾਲੋਂ ਨਾਲ ਤੁਸੀਂ ਛੋਟੇ ਬੱਚਿਆਂ ਦੇ ਨਾਲ ਵੀ ਤਸਵੀਰਾਂ ਖਿਚਵਾਈਆਂ, ਉਹਨਾਂ ਵਿੱਚੋਂ ਕਿੰਨੇ ਪਲੇਅਰਸ ਨੂੰ ਤੁਸੀਂ ਅੱਗੇ ਫਿਊਚਰ ਹਾਕੀ ਓਲੰਪੀਅਨ ਪਲੇਅਰ ਦੇਖਦੇ ਹੋ? ਦੇਖੋ ਜਦੋਂ ਅਸੀਂ ਆਈਦਾ ਸੀ ਇੱਥੇ ਤਾਂ ਅਸੀਂ ਇਹਨਾਂ ਨਾਲ ਗੇਮ ਵੀ ਲਾਈ ਦੀ ਹੁੰਦੀ ਅਤੇ ਆਈ ਥਿੰਕ ਸਾਡੇ ਕਈ ਤਾਂ ਸਾਡੇ ਨਾਲੋਂ ਸਕਿੱਲ ਵੀ ਵਧੀਆ ਆ ਕਈ ਬੱਚਿਆਂ ਦੇ, ਅਤੇ ਮੈਂ ਇਹੀ ਵਿਸ਼ ਕਰੂੰਗਾ ਕਿ ਜ਼ਿਆਦਾ ਤੋਂ ਜ਼ਿਆਦਾ ਇੱਥੇ ਨਿਕਲਣ ਬੱਚੇ ਅਤੇ ਸਾਡੀ ਸਪੋਰਟ ਆਲਵੇਜ਼ ਉਹਨਾਂ ਦੇ ਨਾਲ ਰਹੇਗੀ। ਆਖਰੀ ਤੌਰ 'ਤੇ ਤੁਸੀਂ ਬਸ ਹੁਣ ਇਹ ਦੱਸ ਦਿਓ ਵੀ ਪੇਰੈਂਟਸ ਜਿਹੜੇ ਤੁਹਾਡੇ ਨੇ ਕਿੰਨੇ ਖੁਸ਼ ਨੇ, ਕਿਸ ਤਰੀਕੇ ਦੇ ਨਾਲ ਖੁਸ਼ੀ ਸਾਂਝੀ ਕੀਤੀ ਤੁਸੀਂ ਜਦੋਂ ਬ੍ਰੌਂਜ਼ ਆਇਆ, ਉੱਥੋਂ ਵੀਡੀਓ ਕਾਲ ਕੀਤੀ, ਵੀਡੀਓ ਕਾਲ ਦੇ ਉੱਤੇ ਕਿੰਨੀਆਂ ਕੁ ਅੱਖਾਂ ਨਮ ਹੋਈਆਂ ਸੀਗੀਆਂ ਉਦੋਂ, ਕਿੱਦਾਂ ਦਾ ਫੀਲ ਹੋਇਆ? ਬਿਲਕੁਲ ਜੀ, ਜਦੋਂ ਸਾਨੂੰ ਮੈਡਲ ਮਿਲਿਆ ਉਸ ਤੋਂ ਬਾਅਦ ਰਾਤ ਨੂੰ ਮੈਂ ਕਾਲ ਕੀਤਾ ਅਤੇ ਅੱਖਾਂ 'ਚ ਪਾਣੀ ਆ ਗਿਆ। ਗਰਾਊਂਡ 'ਚ ਖੜ੍ਹਾ ਹੋ ਕੇ ਮੈਂ ਰੋ ਰਿਹਾ ਸੀਗਾ ਫੈਮਲੀ ਨਾਲ, ਕਿਉਂਕਿ ਨੋਰਮਲ ਜੇ ਬੱਚੇ ਹੁੰਦੇ ਸੀਗੇ ਅਸੀਂ ਓਲੰਪਿਕ ਦੇਖਦੇ ਹੁੰਦੇ ਸੀ ਅਤੇ ਪੋਡੀਅਮ 'ਤੇ ਜਦੋਂ ਦੂਸਰੀ ਟੀਮਾਂ ਲੈਂਦੀਆਂ ਸੀ ਪੋਡੀਅਮ 'ਤੇ ਮੈਡਲ ਲੈਂਦੀਆਂ ਸੀ ਅਤੇ ਸਾਨੂੰ ਡ੍ਰੀਮ ਹੁੰਦਾ ਸੀ ਕਿ ਅਸੀਂ ਵੀ ਇਹ ਚੀਜ਼ ਕਰਨੀਆਂ, ਪਰ ਉਸ ਦਿਨ ਜਦੋਂ ਅਸੀਂ ਲਈ ਆ ਚੀਜ਼ ਡ੍ਰੀਮ ਸਾਨੂੰ ਅਸੀਂ ਆਪ ਮੈਡਲ ਲਏ ਉਹ ਚੀਜ਼ ਸਾਡੇ ਲਈ ਬਹੁਤ ਵੱਡੀ ਸੀਗੀ। ਓਲੰਪਿਕਸ ਤੋਂ ਅਸੀਂ ਕਿਹੜੀ ਯਾਦ ਸਾਂਝੀ ਕਰਨਾ ਚਾਹੋਗੇ ਦਰਸ਼ਕਾਂ ਦੇ ਨਾਲ ਜਿਹੜੀ ਕਦੀ ਤੁਹਾਡੇ ਤੋਂ ਤੁਹਾਡੇ ਜ਼ਿਹਨ 'ਚੋਂ ਜਾਣ ਨਹੀਂ ਵਾਲੀ, ਜ਼ਿੰਦਗੀ 'ਚੋਂ ਜਾਣ ਨਹੀਂ ਵਾਲੀ? ਪੋਡੀਅਮ 'ਚ ਖੜੇ ਹੋ ਕੇ ਮੈਡਲ ਪਵਾਇਆ ਆਪਣੇ ਗਲੇ 'ਚ, ਉਹ ਯਾਦ ਕਦੀ ਨਹੀਂ। ਅਤੇ ਜਿਹੜੇ ਨੌਜਵਾਨ ਤੁਹਾਡੇ ਤੋਂ ਅੱਜ ਇੰਸਪਾਇਰ ਹੋ ਕੇ ਹਾਕੀ ਜੁਆਇਨ ਕਰ ਚੁੱਕੇ ਨੇ, ਹਾਕੀ ਖੇਡਣਾ ਚਾਹੁੰਦੇ ਨੇ, ਇੰਡੀਆ ਨੂੰ ਰੀਪ੍ਰਜੈਂਟ ਕਰਨਾ ਚਾਹੁੰਦੇ, ਨੈਸ਼ਨਲ ਖੇਡਣਾ ਚਾਹੁੰਦੇ, ਉਹਨਾਂ ਨੂੰ ਕੀ ਮੈਸੇਜ ਦਊਂਗਾ? ਮੈਂ ਉਹਨਾਂ ਨੂੰ ਇਹੀ ਮੈਸੇਜ ਦਊਂਗਾ, ਇੱਕ ਏਮ ਬਣਾਓ, ਜੇ ਤੁਸੀਂ ਹਾਕੀ ਖੇਡਣਾ ਚਾਹੁੰਦੇ ਹੋ ਤਾਂ ਐਵਰੀ ਸੈਸ਼ਨ ਆਪ ਤੁਸੀਂ ਪ੍ਰੈਕਟਿਸ ਵਧੀਆ ਕਰੋ, ਹਾਰਡਵਰਕ ਕਰੋ, ਤੁਹਾਨੂੰ ਸਕਸੈਸ ਮਿਲੇਗਾ। ਥੈਂਕ ਯੂ। ਕੁਛ ਇਸ ਤਰੀਕੇ ਦੇ ਨਾਲ ਮਨਦੀਪ, ਜਿਨ੍ਹਾਂ ਨੂੰ ਮਿੱਠਾਪੁਰ ਦਾ ਸਭ ਤੋਂ ਸ਼ਰਾਰਤੀ ਮੁੰਡਾ ਕਰਾਰ ਦਿੱਤਾ ਗਿਆ ਸੀਗਾ, ਕੋਚ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਸ਼ਰਾਰਤਾਂ ਜਿਹੜੇ ਕਰਦੇ ਨੇ ਸਭ ਤੋਂ ਜ਼ਿਆਦਾ ਉਹੀ ਅੱਗੇ ਵੱਧਦੇ ਨੇ, ਅਤੇ ਇਹ ਉਹ ਸ਼ਖਸ ਹੈ ਜਿਸ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਮਿੱਠਾਪੁਰ ਦੇ ਵਿੱਚ ਮਨਦੀਪ ਦੇ ਘਰੋਂ ਘਰ ਦੇ ਮੂਹਰਿਓਂ ਜਦੋਂ ਕੋਈ ਗੋਲਗੱਪੇ ਵਾਲਾ ਨਿਕਲਦਾ ਹੈ ਤਾਂ ਉਸ ਨੂੰ ਕਦੀ ਵੀ ਖਾਲੀ ਨਹੀਂ ਜਾਣ ਦਿੰਦਾ, ਮਨਦੀਪ ਖਾਂਦਾ ਜ਼ਰੂਰ ਹੈ, ਟ੍ਰੀਟ ਡੇਜ਼ ਕਰਦਾ ਆ, ਚੀਟ ਡੇਜ਼ ਨਹੀਂ ਕਰਦਾ, ਟ੍ਰੀਟ ਡੇਜ਼ ਕਰਦਾ ਆ, ਮਿਹਨਤ ਪੂਰੀ ਮਾਰੀ, ਮਿਹਨਤ ਨੇ ਰੰਗ ਲਿਆਂਦਾ। 4 ਦਹਾਕਿਆਂ ਦੇ ਬਾਅਦ ਜਿਹੜਾ ਬ੍ਰੌਂਜ਼ ਜਿੱਤਿਆ ਉਸ ਦੇ ਨਾਲ ਨਾ ਸਿਰਫ ਭਾਰਤ ਦਾ, ਪੰਜਾਬ ਦਾ, ਜਲੰਧਰ ਦਾ, ਬਲਕਿ ਮਿੱਠਾਪੁਰ ਦਾ ਨਾਮ ਅੱਜ ਪੂਰੇ ਭਾਰਤ ਪੂਰੇ ਵਿਸ਼ਵ ਭਰ ਦੇ ਵਿੱਚ ਇਹਨਾਂ ਨੇ ਰੋਸ਼ਨਾਇਆ ਹੈ। ਕੈਮਰਾਮੈਨ ਜਤਿਨ ਦੇ ਨਾਲ ਮੈਂ ਰਾਜਦੀਪ ਚੱਠਾ, ਜਲੰਧਰ, ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਅੱਜ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ,
पर नौकरी की देनी सी, अपने ही मंत्रियों के बच्चों नूं नौकरी दे दित्ती। 10 साल श्रोमणी अकाली दल का राज सी, तकरीबन असी उदों 2,37,000 सरकारी नौकरियां दित्तियां सी, ते कई लाख असी प्राइवेट सैक्टर च असी इन्वेस्टमेंट लैके आए सी जिहदे नाल नौकरियां बनियां। मैं वादा करदा सारे नौजवानों नूं कि अगले 5 साल घट तो घट असी 1,00,000 सरकारी नौकरी जरूर देवांगे। इन्वेस्टमेंट पंजाब लियाउणी मेरी प्रायोरिटी होगी, इत्थे इन्वेस्टमेंट भी लैके आवांगे, इंफ्रास्ट्रक्चर भी बनावांगे, इत्थे हालात ऐ जी बना देंगे कि लोग इत्थे आके व्यापार भी करन, जिहदे नाल घट तो घट 10,00,000 नौजवान प्राइवेट सैक्टर च नौकरी लै सकन। आ वादा मेरा ते साडी पार्टी श्रोमणी अकाली दल ते बहुजन समाज पार्टी दा सारे नौजवानां नाल है।